ਵਾਰ ਸੱਤਵੀਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੌੜੀ ਸਤਿਗੁਰ ਸੱਚਾ ਪਾਤਸ਼ਾਹੋ ਸਾਧ ਸੰਗਤ ਸੱਚਖੰਡ ਵਸਾਇਆ ਗੁਰਸਿੱਖ ਲੈ ਗੁਰਸਿੱਖ ਹੋਏ ਆਪ ਗਵਾਏ ਨਾ ਆਪ ਗਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਵਾਰ ਸੱਤਵੀਂ ਅਤੇ ਭਾਈ ਗੁਰਦਾਸ ਜੀ ਵਾਰ ਸ਼ੁਰੂ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਇਹ ਮੰਗਲ ਹਰ ਇੱਕ ਵਾਰ 'ਤੇ ਸ਼ੁਰੂ ਹੋਣ 'ਤੇ ਭਾਈ ਗੁਰਦਾਸ ਜੀ ਕਰਦੇ ਨੇ ਅਤੇ ਜਿਹੜੀ ਪਹਿਲੀ ਪੌੜੀ ਆਉਂਦੀ ਆ ਉਹ ਵੀ ਮੰਗਲ ਹੈ ਉਹ ਮੰਗਲ ਨਾਲ ਸ਼ੁਰੂ ਕਰਦੇ ਨੇ ਪਹਿਲੀ ਪੌੜੀ ਸੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਪਰਮਾਤਮਾ ਨਿਰਗੁਣ ਸਰੂਪ ਹੋ ਕੇ ਸਾਰੇ ਕਰਤਾ ਆਪ ਆਪਣੀ ਰਚਨਾ ਵਿੱਚ ਇੱਕਮਿੱਕ ਹੋ ਕੇ ਇੱਕ ਰੂਪ ਹੋ ਕੇ ਉਹ ਇੱਕੋ ਇੱਕ ਪਹਿਲਾਂ ਵੀ ਇੱਕ ਹੁਣ ਵੀ ਇੱਕ ਅੱਗੇ ਨੂੰ ਵੀ ਇੱਕ ਸੋ ਉਹ ਇੱਕ ਜਿਹੜਾ ਨੰਬਰ ਜਿਹੜਾ ਇੱਥੇ ਪਾਇਆ ਹੋਇਆ ਨਾ ਉਹ ਕਿਤੇ ਚੇਂਜ ਨਹੀਂ ਹੁੰਦਾ ਉਹ ਇੱਕ ਨੇ ਕਿਤੇ ਦੋ ਨਹੀਂ ਬਣਨਾ ਸੋ ਜੇ ਆਪਾਂ ਨਿਰਗੁਣ ਸਰੂਪ ਵਿੱਚ ਪਰਮਾਤਮਾ ਨੂੰ ਦੇਖਾਂਗੇ ਤਾਂ ਉਹ ਇੱਕ ਦਾ ਇੱਕ ਹੀ ਰਹੇਗਾ ਸੋ ਓਅੰਕਾਰ ਜਿੱਥੇ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਇਸ ਸ੍ਰਿਸ਼ਟੀ ਨੂੰ ਰਚ ਕੇ ਇਹਦੇ ਵਿੱਚ ਮਾਇਆ ਦੀ ਉਤਪਤੀ ਹੋਈ ਅਤੇ ਮਾਇਆ ਦੀ ਉਤਪਤੀ ਕਰਕੇ ਇਹ ਸੰਸਾਰ ਜਿਹੜਾ ਹੈ ਦੁਬਧਾ ਵਿੱਚ ਜਾ ਕੇ ਫਸਦਾ ਹੈ ਸੋ ਉਹ ਓਅੰਕਾਰ ਰੂਪ ਹੈ ਪਰਮਾਤਮਾ ਦਾ ਈਸ਼ਵਰ ਰੂਪ ਵੀ ਕਹਿ ਲਈਏ ਜਿੱਥੇ ਪਰਮਾਤਮਾ ਬਿਕਮਸ ਦ ਓਨਰ ਆਫ ਇਸ ਕ੍ਰੀਏਸ਼ਨ ਸੋ ਉਹ ਓਅੰਕਾਰ ਹੈ ਸੋ ਸਤਿਗੁਰ ਪ੍ਰਸਾਦ ਸਤਿਗੁਰ ਜੋ ਸੱਚਾ ਪਰਮਾਤਮਾ ਦਾ ਰੂਪ ਹੈ ਸੋ ਜੇ ਆਪਾਂ ਇੱਕ ਸਤਿਗੁਰੂ ਨੂੰ ਦੋ ਪਾਸੇ ਲੈ ਲਈਏ ਸੱਤ ਅਤੇ ਗੁਰ ਸੱਤ ਮੀਨਸ ਜਿਹੜਾ ਪਰਮਾਤਮਾ ਸੱਤ ਹੈ ਜਿਹੜਾ ਕਿਤੇ ਚੇਂਜ ਨਹੀਂ ਹੁੰਦਾ ਗੁਰ ਜਿਹਦੀ ਸਿੱਖਿਆ ਕਰਕੇ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਜਿਹੜਾ ਗਿਆਨ ਦਾ ਪ੍ਰਕਾਸ਼ ਆਉਂਦਾ ਹੈ ਸੋ ਉਹਨੂੰ ਆਪਾਂ ਸਤਿਗੁਰੂ ਕਹਿੰਦੇ ਹਾਂ ਅਤੇ ਸਤਿਗੁਰੂ ਸ਼ਬਦ ਆਪਾਂ ਗੁਰੂ ਨਾਨਕ ਵਾਸਤੇ ਵੀ ਵਰਤਦੇ ਹਾਂ ਗੁਰੂ ਗੋਬਿੰਦ ਸਿੰਘ ਵਾਸਤੇ ਵੀ ਵਰਤਦੇ ਹਾਂ ਕਿਉਂਕਿ ਗੁਰੂ ਵਿੱਚ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪਰਮਾਤਮਾ ਦਾ ਹੀ ਰੂਪ ਹੈ ਉਹ ਵੀ ਸਤਿਗੁਰੂ ਹੈ ਪ੍ਰਸਾਦ ਮੀਨਸ ਕਿਰਪਾ ਸੋ ਇਹ ਮਾਰਗ ਜਿਹੜਾ ਕਿਰਪਾ ਵਾਲਾ ਹੈ ਇਹ ਕਿਸੇ ਦੇ ਜ਼ੋਰ ਵਾਲਾ ਨਹੀਂ ਇੱਥੇ ਤੁਸੀਂ ਡਿਮਾਂਡ ਨਹੀਂ ਕਰ ਸਕਦੇ ਇੱਥੇ ਤੁਸੀਂ ਆਪਣੀ ਜਿਹੜੇ ਹੈ ਆਪਣੀ ਹੋਮੈ ਦੇ 'ਤੇ ਦਾਅਵਾ ਨਹੀਂ ਕਰ ਸਕਦੇ ਕਿ ਮੈਂ ਇਹ ਹਾਂ ਮੈਂ ਉਹ ਹਾਂ ਸੋ ਵਾਸਤਵ ਵਿੱਚ ਕਿਰਪਾ ਕੀ ਹੁੰਦੀ ਹੈ ਜਿੱਥੇ ਦਾਅਵਾ ਮੁੱਕ ਜਾਂਦਾ ਜਿੱਥੇ ਤੁਹਾਡਾ ਕਲੇਮ ਮੁੱਕ ਜਾਣਾ ਹੈ ਸਬਮਿਸ਼ਨ ਆ ਜਾਣਾ ਜਿੱਥੇ ਸਰੈਂਡਰ ਆ ਜਾਣਾ ਸੋ ਉਹਨੂੰ ਆਪਾਂ ਪ੍ਰਸਾਦ ਕਹਿੰਦੇ ਹਾਂ ਪ੍ਰਸਾਦ ਦੀ ਅਵਸਥਾ ਜਿਹੜੀ ਹੈ ਉਹ ਇੱਕ ਐਸੀ ਅਵਸਥਾ ਹੈ ਜਿਹਦੇ ਵਿੱਚ ਬੰਦਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਕਹਿੰਦਾ ਨਾ ਕੁਝ ਮੰਗਦਾ ਉਹ ਪ੍ਰਸਾਦ ਦੀ ਇੱਕ ਸਟੇਟ ਹੈ ਸਪਿਰਚੁਅਲ ਸਟੇਟ ਵਿੱਚ ਕੈਨ ਬੀ ਦਾ ਹਾਈਐਸਟ ਸਟੇਟ ਸੋ ਉਹਦੇ ਵਿੱਚ ਕੀ ਹੁੰਦਾ ਯੂ ਡੋਂਟ ਈਵਨ ਕਲੇਮ ਟੂ ਬੀ ਦ ਓਨਰ ਆਫ ਯੋਰ ਬੋਡੀ ਇਹ ਬੋਡੀ 'ਤੇ ਵੀ ਦਾਅਵਾ ਮੁੱਕ ਜਾਂਦਾ ਵੀ ਇਹ ਬੋਡੀ ਵੀ ਮੇਰੀ ਨਹੀਂ ਸੋ ਉਹ ਕਿਰਪਾ ਦੀ ਜਿਹੜਾ ਇਹ ਕਿਰਪਾ ਦਾ ਸਟੇਟ ਹੁੰਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਿਰਫ ਇੱਕ ਪਰਮਾਤਮਾ ਰਹਿ ਜਾਂਦਾ ਬੰਦਾ ਨਹੀਂ ਰਹਿ ਜਾਂਦਾ ਸੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋ ਗਿਆ ਅਤੇ ਹੁਣ ਪੌੜੀ ਪਹਿਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਸੱਚਾ ਪਾਤਸ਼ਾਹੋ ਕਹਿੰਦੇ ਸਤਿਗੁਰੂ ਜਿਹੜਾ ਹੈ ਆਪ ਉਹ ਸੱਚਾ ਪਾਤਸ਼ਾਹ ਹੈ ਓਕੇ ਸੱਚਾ ਪਾਤਸ਼ਾਹ ਕੌਣ ਹੁੰਦਾ ਹੈ ਜਿਹਨੂੰ ਕਿ ਗੁਰਿਆਈ ਦਾ ਤਿਲਕ ਜਿਹੜਾ ਹੈ ਉਹ ਕੋਈ ਬੰਦਾ ਨਹੀਂ ਲਾਉਂਦਾ ਉਹ ਪਰਮਾਤਮਾ ਵੱਲੋਂ ਹੀ ਉਹਨੂੰ ਜਿਹੜਾ ਹੈ ਉਹ ਪਰਮਾਤਮਾ ਵੱਲੋਂ ਜਾਂ ਪਰਮਾਤਮਾ ਆਪ ਹੀ ਪ੍ਰਗਟ ਹੁੰਦਾ ਉਹਨੂੰ ਸੱਚਾ ਪਾਤਸ਼ਾਹ ਕਹਿੰਦੇ ਹਾਂ ਸੋ ਇਹਦੇ 'ਚ ਫਰਕ ਕੀ ਹੈ ਸੱਚਾ ਪਾਤਸ਼ਾਹ ਉਹ ਹੈ ਜਿਹਨੂੰ ਸਿਲੈਕਟ ਕੀਤਾ ਪਰਮਾਤਮਾ ਨੇ ਆਪ ਜਿਹਨੂੰ ਪਰਮਾਤਮਾ ਨੇ ਆਪ ਆਪਣਾ ਰੂਪ ਬਣਾ ਕੇ ਭੇਜਿਆ ਸੋ ਉਹ ਸੱਚਾ ਪਾਤਸ਼ਾਹ ਹੈ ਦੁਨੀਆ ਦੇ ਜਿੰਨੇ ਪਾਤਸ਼ਾਹ ਨੇ ਉਹਨਾਂ ਨੂੰ ਬਾਦਸ਼ਾਹ ਕਹਿੰਦੇ ਬੱਬੇ ਦੇ ਨਾਲ ਨੋਟ ਵਿਦ ਪੱਪਾ ਪੱਪਾ ਮੀਨਸ ਪਾਤਸ਼ਾਹ ਸੋ ਦੁਨੀਆ ਦੇ ਜਿੰਨੇ ਰਾਜੇ ਨੇ ਉਹਨਾਂ ਨੂੰ ਬਾਦਸ਼ਾਹ ਕਹਿੰਦੇ ਹਾਂ ਬਾਦ ਮੀਨਸ ਝਗੜਾ ਜਿਹਨਾਂ ਨੂੰ ਝਗੜੇ ਦੇ ਵਿੱਚੋਂ ਰਾਜ ਮਿਲਿਆ ਹੋਵੇ ਉਹਨੂੰ ਬਾਦਸ਼ਾਹ ਕਹਿੰਦੇ ਹਾਂ ਬਾਦ ਕਰਕੇ ਝਗੜਾ ਕਰਕੇ ਉਹਨੂੰ ਰਾਜ ਮਿਲਿਆ ਜਾਂ ਉਹਨੂੰ ਜੰਗ ਕਰਕੇ ਰਾਜ ਮਿਲਿਆ ਉਹ ਬਾਦਸ਼ਾਹ ਹੈ ਪਾਤਸ਼ਾਹ ਸਿਰਫ ਗੁਰੂ ਨਾਨਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਪਾਤਸ਼ਾਹ ਨੇ ਬਿਕੋਜ਼ ਉਹਨਾਂ ਨੂੰ ਕੋਈ ਦੁਨੀਆ ਵਿੱਚ ਕੋਈ ਬੰਦੇ ਨੇ ਉਹਨਾਂ ਨੂੰ ਉਹ ਪੋਜੀਸ਼ਨ 'ਚ ਨਹੀਂ ਬਿਠਾਇਆ ਉਹ ਪਰਮਾਤਮਾ ਵੱਲੋਂ ਅਪੁਆਇੰਟਡ ਨੇ ਜਾਂ ਪਰਮਾਤਮਾ ਆਪ ਆਪਣੇ ਆਪ ਨੂੰ ਅਪੁਆਇੰਟ ਕਰਕੇ ਆਏ ਨੇ ਸੋ ਕਹਿੰਦੇ ਉਹ ਸਤਿਗੁਰੂ ਸੱਚਾ ਪਾਤਸ਼ਾਹ ਹੈ ਜਿਵੇਂ ਹੁਣ ਇੱਥੇ ਸਾਖੀ ਆਉਂਦੀ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇੱਕ ਵਾਰ ਉਹ ਜਿਹੜੇ ਹਨ ਆਪਣੇ ਜਹਾਂਗੀਰ ਨਾਲ ਗਏ ਸੋ ਜਹਾਂਗੀਰ ਦਾ ਟੈਂਟ ਅੱਗੇ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਪਿੱਛੇ ਲੱਗਿਆ ਸੋ ਇੱਕ ਸਿੱਖ ਘਾਹ ਹੀ ਘਾਹ ਖੋਦ ਕੇ ਘਾਹ ਕੱਟ ਕੇ
ਹਾਂਜੀ ਘਾਹ ਵੀ ਨਹੀਂ ਸੀ, ਸੁੱਕਾ ਘਾਹ ਜਿਹੜਾ ਸੀਗਾ, ਜਿਹੜਾ ਆਪਾਂ ਦੱਬ ਕਹਿੰਦੇ ਹਾਂ ਜਾਂ ਜਿਹੜਾ ਗਾਈਆਂ ਮੱਝਾਂ ਨੂੰ ਪਾਉਣ ਵਾਲਾ ਹੁੰਦਾ ਨਾ, ਉਹਨੂੰ ਕੱਢ ਕੇ ਲਿਆਇਆ ਅਤੇ ਆ ਕੇ ਉਹਨੂੰ ਜਿਹੜਾ ਬੰਨ ਕੇ ਉਹਨੇ ਮਾਰਕੀਟ ਵਿੱਚ ਵੇਚਿਆ। ਉਹਦੇ ਉਹਨੂੰ ਦੋ ਆਨੇ ਮਿਲੇ, ਦੋ ਆਨਾ ਮੀਨਸ ਬਹੁਤ ਛੋਟੀ ਕਰੰਸੀ ਹੈ, ਜਿਵੇਂ ਅੱਜ ਦੇ ਤੁਸੀਂ 1 ਸੈਂਟ ਕਹਿ ਲਓ, 2 ਸੈਂਟ ਕਹਿ ਲਓ। ਸੋ ਦੋ ਆਨੇ ਉਹ ਖੱਟ ਕੇ ਲਿਆਇਆ ਅਤੇ ਉਹਨੇ ਕੀ ਕੀਤਾ, ਜਦੋਂ ਆਇਆ ਉਹਨੇ ਪਹਿਲਾਂ ਟੈਂਟ ਦੇਖਿਆ ਜਹਾਂਗੀਰ ਦਾ, ਅਤੇ ਜਹਾਂਗੀਰ ਜਿਹੜਾ ਸੀਗਾ, ਹੁਣ ਤੁਹਾਨੂੰ ਪਤਾ ਜਿਹੜੇ ਮੁਗਲ ਜਿਹੜੇ ਰਾਜੇ ਹੁੰਦੇ ਸਨ ਨਾ, ਉਹਨਾਂ ਦੇ ਦਸਤਾਰਾਂ ਵੀ ਹੁੰਦੀਆਂ ਸੀ, ਉਹਨਾਂ ਦੇ ਸਿਰ 'ਤੇ ਕਲਗੀਆਂ ਵੀ ਲੱਗੀਆਂ ਹੁੰਦੀਆਂ ਸੀ, ਉਹਨਾਂ ਦੇ ਮੂੰਹ 'ਤੇ ਦਾੜਾ ਵੀ ਹੁੰਦਾ ਸੀਗਾ, ਅਤੇ ਬਿਲਕੁਲ ਦੂਰੋਂ ਦੇਖਣ ਨੂੰ ਤਾਂ ਐਨ ਸਿੱਖੇ ਲੱਗਦੇ ਸੀਗੇ। ਸੋ ਇਹਨੇ ਦੂਰੋਂ ਦੇਖਿਆ, ਉਹਨੂੰ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਨੇ, ਉਹਨੇ ਜਾ ਕੇ ਦੋ ਆਨੇ ਮੂਹਰੇ ਰੱਖ ਕੇ ਮੱਥਾ ਟੇਕ ਦਿੱਤਾ ਜਹਾਂਗੀਰ ਨੂੰ। ਜਹਾਂਗੀਰ ਬਹੁਤ ਖੁਸ਼ ਹੋਇਆ, ਕਹਿੰਦਾ ਜਹਾਂਗੀਰ ਕਹਿੰਦਾ ਵੀ ਮੈਨੂੰ ਸਲਾਮ ਕਰਨ ਵਾਲੇ ਤਾਂ ਬਹੁਤ ਮਿਲਣਗੇ, ਪਰ ਦੋ ਆਨੇ ਧਰ ਕੇ ਕੋਈ ਮੱਥਾ ਟੇਕੇ ਤਾਂ ਪਹਿਲੀ ਵਾਰੀ ਹੋਇਆ। ਉਹ ਕਹਿੰਦਾ ਸੱਚੇ ਪਾਤਸ਼ਾਹ, ਉਹਨੇ ਫਿਰ ਮੱਥਾ ਟੇਕਿਆ ਸਿੱਖ ਨੇ। ਜਹਾਂਗੀਰ ਪੁੱਛਣ ਲੱਗਿਆ, ਕਹਿੰਦਾ ਮੈਂ ਤੇਰੇ 'ਤੇ ਬਹੁਤ ਖੁਸ਼ ਹਾਂ, ਤੈਨੂੰ ਕੀ ਚਾਹੀਦਾ? ਉਹ ਕਹਿੰਦਾ ਮੇਰਾ ਜਨਮ ਮਰਨ ਕੱਟ ਦਿਓ। ਜਹਾਂਗੀਰ ਕਹਿਣ ਲੱਗਿਆ ਵੀ ਤੂੰ ਹੋਰ ਕੁਝ ਮੰਗ। ਕਹਿਣ ਲੱਗਿਆ ਮੈਂ ਦੁਨੀਆ ਦਾ ਬਾਦਸ਼ਾਹ, ਮੈਂ ਤੈਨੂੰ ਕੁਝ ਵੀ ਦੇ ਸਕਦਾ, ਤੂੰ ਪਿੰਡ ਮੰਗ ਲਾ, ਰਾਜ ਮੰਗ ਲਾ, ਨਵਾਬੀ ਮੰਗ ਲਾ, ਮੈਂ ਤੈਨੂੰ ਕੁਝ ਵੀ ਦੇਣ ਨੂੰ ਤਿਆਰ। ਕਹਿੰਦਾ ਨਹੀਂ, ਮੈਨੂੰ ਸਿਰਫ ਜਨਮ ਮਰਨ ਮੇਰਾ ਕੱਟ ਦਿਓ। ਸੋ ਜਹਾਂਗੀਰ ਸੋਚੀ ਪੈ ਗਿਆ, ਕਹਿੰਦਾ ਮੈਂ ਤਾਂ ਨਹੀਂ ਕੱਟ ਸਕਦਾ। ਫਿਰ ਉਹਨੂੰ ਯਾਦ ਆਇਆ, ਕਹਿੰਦਾ ਸਿੱਖ ਭੁਲੇਖੇ ਨਾਲ ਇੱਥੇ ਆ ਗਿਆ, ਇਹਨੇ ਅੱਗੇ ਜਾਣਾ ਸੀ ਗੁਰੂ ਹਰਗੋਬਿੰਦ ਸਾਹਿਬ ਕੋਲ, ਕਿਉਂਕਿ ਮੈਂ ਬਾਦਸ਼ਾਹ ਹਾਂ, ਪਾਤਸ਼ਾਹ ਤਾਂ ਉਹ ਅੱਗੇ ਬੈਠਾ ਹੈ। ਸੋ ਕਹਿੰਦੇ ਵੀ ਇਹਨੇ ਉਹਦੇ ਕੋਲ ਜਾਣਾ ਹੋਣਾ ਉਹਨਾਂ ਕੋਲ, ਅਤੇ ਇਹਨੇ ਕੀ ਕੀਤਾ, ਜਹਾਂਗੀਰ ਹੁਣ ਜਿਹੜਾ ਸੋਚਣ ਲੱਗਿਆ, ਕਹਿੰਦਾ ਵੀ ਇਹਨੇ ਦੋ ਆਂਡੇ ਤਾਂ ਮੇਰੇ ਮੂਹਰੇ ਰੱਖ ਦਿੱਤੇ, ਮੱਥਾ ਟੇਕਤਾ ਵਾ, ਹੁਣ ਮੱਥਾ ਟੇਕੇ ਕੋਈ ਚੀਜ਼ ਚੱਕੀ ਨਹੀਂ ਤਾਂ ਜਾਂਦੀ। ਉਹ ਸਿੱਖ ਜਿਹੜਾ ਹੈ ਕਹਿੰਦਾ ਜੀ ਮੈਨੂੰ ਦੱਸ ਦਿੱਤਾ ਇਹਨੇ ਦੋ ਆਂਡੇ ਚੱਕ ਕੇ ਗਾਂਹ ਜਾਣਾ ਅਤੇ ਮੇਰੀ ਇੱਥੇ ਬੇਇੱਜ਼ਤੀ ਹੋ ਜਾਣੀ ਹੈ। ਅਤੇ ਉਹ ਕਹਿੰਦਾ ਸਿੱਖਾ, ਕਹਿੰਦਾ ਗੱਲ ਸੁਣ, ਕਹਿੰਦਾ ਤੂੰ ਦੁਨੀਆ ਦੀ ਜਿੰਨੀ ਮਰਜ਼ੀ ਖੁਸ਼ੀ ਮੇਰੇ ਤੋਂ ਲੈ ਲਾ, ਜਿੰਨਾ ਮਰਜ਼ੀ ਧਨ ਤੂੰ ਮੇਰੇ ਤੋਂ ਲੈ ਲਾ, ਕੁਝ ਵੀ ਲੈ ਲਾ, ਮੈਂ ਤੂੰ ਸਭ ਕੁਝ ਦੇਣ ਨੂੰ ਤਿਆਰ ਹਾਂ। ਪਰ ਕਹਿੰਦਾ ਜਨਮ ਮਰਨ ਕੱਟਣ ਵਾਲਾ ਤਾਂ ਪਾਤਸ਼ਾਹ ਅੱਗੇ ਬੈਠਾ, ਅੱਗੇ ਆ ਉਹ। ਪਰ ਸਿੱਖ ਨੇ ਕੀ ਕੀਤਾ, ਉਸੇ ਵੇਲੇ ਸਿਰ ਚੁੱਕ ਲਿਆ, ਚੁੱਕ ਕੇ ਉਸੇ ਵੇਲੇ ਆਨੇ ਚੱਕਣ ਲੱਗਿਆ, ਕਹਿੰਦਾ ਆਨੇ ਨਾ ਚੱਕ ਮੇਰੇ ਸਾਹਮਣੇ। ਕਹਿੰਦੇ ਕਰੰਸੀ ਛੋਟੀ ਹੈ ਪਰ ਇੱਜ਼ਤ ਬਹੁਤ ਵੱਡੀ ਸੀ ਜਿਹੜੀ ਤੂੰ ਦਿੱਤੀ ਹੈ, ਕਹਿੰਦਾ ਇਹਨੂੰ ਨਾ ਚੱਕ, ਮੈਂ ਤੈਨੂੰ ਇਹਦੇ ਬਦਲੇ ਤੈਨੂੰ ਕਰੋੜਾਂ ਰੁਪਏ ਹੋਰ ਦੇ ਦਿੰਦਾ, ਤੈਨੂੰ ਸੋਰੀਆਂ ਦੀਆਂ ਮੋਹਰਾਂ ਦੇ ਦਿੰਦਾ, ਪਰ ਇਹਨੂੰ ਨਾ ਚੱਕ। ਉਹ ਸਿੱਖ ਕਹਿੰਦਾ ਨਹੀਂ, ਕਹਿੰਦਾ ਇਹ ਜਿਹੜੀਆਂ ਤੇਰੀਆਂ ਮੋਹਰਾਂ ਹੋਣਗੀਆਂ, ਤੇਰੇ ਖਜ਼ਾਨੇ ਹੋਣਗੇ, ਤੇਰੇ ਹੀਰੇ ਜਵਾਹਰਾਤ ਹੋਣਗੇ ਨਾ, ਉਹ ਮੇਰੇ ਕਮਾਏ ਵੀ ਨਹੀਂ, ਇਹ ਮੈਂ ਆਪਣੀ ਕਮਾਈ ਵਿੱਚੋਂ ਲੈ ਕੇ ਆਇਆ, ਇਹਦੀ ਕੀਮਤ ਜਿਹੜੀ ਬਹੁਤ ਵੱਡੀ ਹੈ। ਕਹਿਣ ਲੱਗਿਆ ਅਤੇ ਮੈਂ ਆਪਣੇ ਮਨ 'ਚ ਇਹ ਸੋਚ ਕੇ ਲਿਆਂਦਾ ਵੀ ਮੈਂ ਆਪਣੇ ਗੁਰੂ ਨੂੰ ਦੇਣੇ ਨੇ। ਉਹਨੇ ਚੁੱਕ ਕੇ ਅੱਗੇ ਤੁਰ ਪਏ, ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ, ਜਾ ਕੇ ਮਹਾਰਾਜ ਨੇ ਫਿਰ ਉਹਦਾ ਜਨਮ ਮਰਨ ਕੱਟਿਆ। ਸੋ ਦੇਖੋ ਬਾਦਸ਼ਾਹ ਅਤੇ ਪਾਤਸ਼ਾਹ ਦਾ ਨਾ ਇੱਕ ਇਹ ਫਰਕ ਹੈ, ਕਿਉਂਕਿ ਬਾਦਸ਼ਾਹ ਦੀ ਇੱਕ ਸੀਮਤ ਹੈ, ਇੱਕ ਲਿਮਿਟ ਆ ਜਾਂਦੀ ਹੈ ਜਿੱਥੇ ਉਹ ਕੁਝ ਨਹੀਂ ਦੇ ਸਕਦਾ। ਠੀਕ ਹੈ ਨਾ, ਗਿਵ ਯੂ ਐਵਰੀਥਿੰਗ। ਉਹ ਕਿ ਜਿਹੜਾ ਦਿਲ ਦਾ ਸਕੂਨ ਨਹੀਂ ਦੇ ਸਕਦਾ, ਪੀਸ ਆਫ ਮਾਈਂਡ ਨਹੀਂ ਉਹ ਦੇ ਸਕਦਾ, ਉਹ ਜਿਹੜਾ ਮਰਨ ਤੋਂ ਬਾਅਦ ਥੋੜ੍ਹਾ ਭਲਾ ਨਹੀਂ ਕਰ ਸਕਦਾ। ਸੋ ਉਹ ਬਹੁਤ ਜ਼ਿਆਦਾ ਲਿਮਿਟੇਸ਼ਨ ਨੇ, ਪਰ ਪਾਤਸ਼ਾਹ ਜਿਹੜਾ ਹੁੰਦਾ ਉਹਦਾ ਕੋਈ ਲਿਮਿਟੇਸ਼ਨ ਨਹੀਂ ਹੁੰਦਾ, ਉਹ ਜੋ ਮਰਜ਼ੀ ਦੇ ਦੇਵੇ। ਹਾਂਜੀ, ਅਤੇ ਇਸੇ ਤਰ੍ਹਾਂ ਜਿਹੜਾ ਹੈ, ਦੇਖੋ ਜਹਾਂਗੀਰ ਨੂੰ ਅੱਜ ਕੋਈ ਵੀ ਨਹੀਂ ਮੰਨਦਾ, ਉਹਦੀ ਕਬਰ 'ਤੇ ਕੋਈ ਵੀ ਨਹੀਂ ਜਾ ਕੇ ਕੁਛ ਮੰਗਦਾ, ਉਹਦੇ ਮਹਿਲ ਜਿਹੜੇ ਖਾਲੀ ਪਏ ਨੇ। ਹਾਂਜੀ, ਸੋ ਸਭ ਕੁਝ ਜਿਹੜਾ ਹੈ ਕਾਂ ਉੱਡੇ ਫਿਰਦੇ ਨੇ, ਕਈ ਤਾਂ ਉਹਦੇ ਮਹਿਲ ਉਜੜੇ ਪਏ ਨੇ, ਉਹਦੇ ਫੋਟ ਸਾਰੇ ਜਾ ਕੇ ਦੇਖੋ ਟੁੱਟੇ ਭੱਜੇ ਪਏ ਨੇ। ਪਰ ਦੇਖੋ ਪਾਤਸ਼ਾਹ ਜੋ ਗੁਰੂ ਨਾਨਕ ਹੈ, ਕਹਿਣ ਲੱਗੇ ਦੇਖੋ ਜਿੱਥੇ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ, ਨਨਕਾਣਾ ਸਾਹਿਬ ਅੱਜ ਵੀ ਜਿਉਂਦਾ ਹੈ, ਹਰਿਮੰਦਰ ਸਾਹਿਬ ਅੱਜ ਵੀ ਜਿਉਂਦਾ ਹੈ। ਸੋ ਜਿੱਥੇ ਜਿੱਥੇ ਗੁਰੂ ਮਹਾਰਾਜ ਨੇ ਆਪਣਾ ਜਿਹੜਾ ਹੈ ਚਰਨ ਧਰੇ, ਉਹ ਥਾਂ ਹਜੇ ਵੀ ਅਲਾਈਫ ਹੈ, ਵੈਰੀ ਮੱਚ ਅਲਾਈਫ, ਐਂਡ ਨੋਟ ਓਨਲੀ ਅਲਾਈਫ, ਉਹ ਲਾਈਫ ਦੇਣ ਵਾਲਾ ਹੈ। ਸੀ ਯੂ ਗੋ ਹਰਿਮੰਦਰ ਸਾਹਿਬ, ਯੂ ਗੈਟ ਲਾਈਫ, ਯੂ ਫੀਲ ਲਾਈਫ ਇਨ ਦ ਰੀਅਲ ਵਰਲਡ। ਸੀ ਲਾਈਫ ਆਪਾਂ ਸਿਰਫ ਆਪਣੇ ਅੰਦਰ ਫੀਲ ਕਰਦੇ, ਆਪਾਂ ਬਾਹਰ ਨਹੀਂ ਫੀਲ ਕਰਦੇ, ਪਰ ਜਦੋਂ ਤੁਸੀਂ ਗੁਰੂ ਮਹਾਰਾਜ ਨੇ ਜਿੱਥੇ ਆਪਣੇ ਚਰਨ ਧਰੇ ਨੇ, ਜਿੱਥੇ ਮਹਾਰਾਜ ਜੀ ਰਹੇ ਨੇ, ਯੂ ਗੋ ਇਨ ਸਾਈਡ ਦੈਟ, ਯੂ ਕੈਨ ਫੀਲ ਲਾਈਫ ਅਰਾਊਂਡ ਯੂ, ਉਹ ਲਾਈਫ ਸਾਰੇ ਪਾਸੇ ਹੈ, ਯੂ ਕੈਨ ਫੀਲ ਦ ਐਨਰਜੀ। ਸੋ ਇਹ ਚੀਜ਼ ਨੇ ਜਿਹੜੇ ਕਿ ਦੁਨੀਆਂ ਦੇ ਬਾਦਸ਼ਾਹ ਕੋਲ ਨਹੀਂ ਹੁੰਦੇ, ਸਿਰਫ ਪਾਤਸ਼ਾਹ ਕੋਲ ਹੁੰਦੀ ਹੈ। ਸੋ ਕਹਿੰਦੇ ਸਾਧ ਸੰਗਤ ਸੱਚਖੰਡ ਵਸਾਇਆ, ਕਹਿਣ ਲੱਗੇ ਗੁਰੂ ਮਹਾਰਾਜ ਨੇ ਸੱਚਖੰਡ ਇਹ ਨਹੀਂ ਕਿਹਾ ਜਿਹੜਾ ਹੈ ਸਿੱਖਾਂ ਨੂੰ ਤੁਹਾਨੂੰ ਮਰ ਕੇ ਸੱਚਖੰਡ ਜਾਣਾ ਪੈਣਾ, ਯੂ ਹੈਵ ਟੂ ਡਾਈ ਫੋਰ ਦ ਸੱਚਖੰਡ, ਲਾਈਕ ਪੀਪਲ ਸੇ ਗੋ ਟੂ ਹੈਵਨ, ਯੂ ਹੈਵ ਟੂ ਡਾਈ ਟੂ ਗੋ ਟੂ ਹੈਵਨ, ਰਾਈਟ, ਈਵਨ ਟੂ ਹੈਲ ਯੂ ਹੈਵ ਟੂ ਡਾਈ ਫੋਰ ਇਟ, ਡਾਈ ਟੂ ਗੋ ਟੂ ਹੈਲ ਔਰ ਡਾਈ ਟੂ ਗੋ ਟੂ ਹੈਵਨ, ਯੂ ਕੈਨ ਨੋ ਗੋ ਅਲਾਈਫ। ਪਰ ਦੇਖੋ ਗੁਰੂ ਮਹਾਰਾਜ ਪਾਤਸ਼ਾਹ ਨਾ, ਮਹਾਰਾਜ ਨੇ ਜਿਉਂਦਿਆਂ ਜੀ ਹੁਣ ਆਪਣੇ ਜੀਵਨ ਵਿੱਚ ਨਾ ਹੋ, ਯੂ ਗੋ ਟੂ ਅ ਸਾਧ ਸੰਗਤ, ਉਹ ਇੱਕ ਸੱਚਖੰਡ ਹੈ ਇਮੀਡੀਏਟਲੀ, ਯੂ ਡੋਂਟ ਹੈਵ ਟੂ ਵੇਟ ਅੰਟਿਲ ਯੂ ਡਾਈ ਔਰ ਅੰਟਿਲ ਯੂ ਰੀਚ ਅ ਸਰਟਨ ਸਟੇਟ, ਸਪਿਰਿਚੁਅਲ ਸਟੇਟ, ਦੈਟ ਯੂ ਆਰ ਵੈਰੀ ਹਾਈ ਇਨ ਯੋਰ ਸਪਿਰਿਚੁਅਲ ਸਟੇਟ, ਓਨਲੀ ਦੈਨ ਯੂ ਕੈਨ ਫੀਲ ਸੱਚਖੰਡ, ਨੋ ਯੂ ਕੈਨ ਗੋ ਟੂਡੇ, ਅੱਜ ਵੀ ਸਾਧ ਸੰਗਤ ਵਿੱਚ ਚਲੇ ਜਾਓ, ਉਹੀ ਸੱਚਖੰਡ ਉੱਥੇ ਵੀ ਮਹਾਰਾਜ ਨੇ ਬਣਾ ਦਿੱਤਾ। ਸੀ ਮਹਾਰਾਜ ਦੀਆਂ ਬਰਕਤਾਂ ਜਿਹੜੀਆਂ ਨਾ, ਆਪਾਂ ਕਿਤੇ ਸੋਚਦੇ ਹੀ ਨਹੀਂ ਗੇ, ਇਹ ਬਰਕਤਾਂ ਬਹੁਤ ਵੱਡੀਆਂ ਨੇ।
ਇਹਨਾਂ ਨੂੰ ਨਾ ਕੋਈ ਮਾਇਆ ਖਰੀਦ ਸਕਦੀ ਹੈ, ਨਾ ਤੁਹਾਡੀ ਕਮਾਈ ਖਰੀਦ ਸਕਦੀ ਹੈ, ਨਾ ਤੁਹਾਡਾ ਕੋਈ ਸਿਮਰਨ ਖਰੀਦ ਸਕਦਾ। ਨਥਿੰਗ ਕੈਨ ਬਾਏ। ਇਹ ਚੀਜ਼ਾਂ ਤੁਸੀਂ ਖਰੀਦ ਨਹੀਂ ਸਕਦੇ। ਕਈ ਤਾਂ ਹੁੰਦੀਆਂ ਪੈਸੇ ਨਾਲ ਖਰੀਦਣੀਆਂ, ਕਈ ਆਪਣੀ ਕਮਾਈ ਦੇ ਬਦਲੇ ਲੈਣੀਆਂ। ਯੂ ਨੋ, ਯੂ ਡੂ ਸਮਥਿੰਗ, ਯੂ ਅਰਨ ਫੋਰ ਇਟ, ਯੂ ਨੋ, ਯੂ ਹੈਵ ਟੂ ਅਰਨ। ਤੁਸੀਂ ਆਪਣੀ ਅਰਨਿੰਗ ਦੇ ਨਾਲ ਵੀ ਨਹੀਂ ਲੈ ਸਕਦੇ। ਨਾ ਇਫ ਸਮਵਨ ਟੈਲਸ ਯੂ ਸੱਚਖੰਡ, ਹੂ ਕੈਨ ਗਿਵ ਯੂ? ਓਨਲੀ ਗੁਰੂ ਨਾਨਕ ਕੈਨ ਗਿਵ ਯੂ। ਗੁਰੂ ਨਾਨਕ ਹੀ ਦੇ ਸਕਦਾ, ਉਹਨੇ ਧਰਤੀ ਦੇ ਉੱਤੇ ਸੱਚਖੰਡ ਵਸਾ ਦਿੱਤਾ। ਅਤੇ ਇਸੇ ਤਰ੍ਹਾਂ ਸਾਧ ਸੰਗਤ ਸੱਚਖੰਡ ਵਸਾਇਆ, ਗੁਰਸਿੱਖ ਲੈ ਗੁਰਸਿੱਖ। ਕਹਿੰਦੇ ਕਿ ਕੀ ਹੁੰਦਾ ਹੈ, ਗੁਰੂ ਦੀ ਸਿੱਖਿਆ ਨੂੰ ਲੈ ਕੇ ਇੱਕ ਸਿੱਖ ਗੁਰਸਿੱਖ ਬਣਦਾ ਹੈ। ਗੁਰੂ ਦੀ ਸਿੱਖਿਆ ਨੂੰ ਲੈ ਕੇ ਇੱਕ ਜੀਵ ਗੁਰਸਿੱਖ ਬਣਦਾ ਹੈ। ਗੁਰਸਿੱਖ ਲੈ ਗੁਰਸਿੱਖ ਹੋਏ। ਕਹਿੰਦੇ ਕਿ ਹੁਣ ਦੇਖੋ, ਇਹ ਦੋ ਵਰਡ ਸੇਮ ਨੇ, ਗੁਰਸਿੱਖ ਅਤੇ ਗੁਰਸਿੱਖ। ਗੁਰੂ ਦੀ ਸਿੱਖਿਆ ਲੈ ਕੇ ਗੁਰਸਿੱਖ ਬਣੀਦਾ ਹੈ। ਦੈਟ ਮੀਨਸ ਵਟ ਹੈਪਨਸ ਹੇਅਰ, ਜੋ ਗੁਰੂ ਦੀ ਸਿੱਖਿਆ ਹੈ ਉਹੀ ਤੁਸੀਂ ਬਣ ਜਾਣਾ ਹੈ। ਦੈਟ ਮੀਨਸ ਇਟ ਹੈਜ਼ ਦ ਪਾਵਰ ਟੂ ਕਨਵਰਟ ਯੂ, ਟੂ ਮਰਜ ਯੂ, ਤੁਹਾਨੂੰ ਆਪਣੇ ਆਪ ਮਿਲਾਉਣ ਵਾਸਤੇ। ਦੇਖੋ ਹੁਣ ਪੜ੍ਹਾਈ ਤੁਸੀਂ ਸਕੂਲ 'ਚ ਕਰਦੇ ਹੋ ਨਾ, ਤੁਹਾਨੂੰ ABC ਸਿਖਾਈ ਜਾਂਦੀ ਹੈ। ਤੁਹਾਨੂੰ ਮਿਹਨਤ ਕਰਨੀ ਪਊਗੀ ਅੰਟਿਲ ਯੂ ਮਾਸਟਰ ਦ ABC, ਓਨਲੀ ਦੈਨ ਯੂ ਕੈਨ ਸਟਾਰਟ ਰੀਡਿੰਗ। ਬਟ ਹੇਅਰ ਗੁਰਸਿੱਖ ਲੈ ਗੁਰਸਿੱਖ ਹੋਏ। ਕਹਿੰਦੇ ਕਿ ਗੁਰਸਿੱਖੀ ਲੈ ਕੇ ਉਹਨਾਂ ਨੇ ਉਹੀ ਰੂਪ ਸਿੱਖਿਆ ਦਾ ਧਾਰਨ ਕਰ ਲੈਣਾ। ਆਈ ਮੀਨ ਦ ਸਿੱਖਿਆ ਬਿਕਮਸ ਅਲਾਈਵ ਵਿਦ ਇਨ ਯੋਰ ਲਾਈਫ ਟਾਈਮ। ਉਸ ਸਿੱਖਿਆ ਨੇ ਇੱਕ ਸਿੱਖ ਨੂੰ ਪੈਦਾ ਕਰ ਦੇਣਾ। ਨਾ ਦੈਟ ਇਜ਼ ਅ ਵੰਡਰਸ ਤਰ੍ਹਾਂ ਦਾ ਪੂਰਾ ਜਿਹੜਾ ਹੈ, ਜੇ ਆਪਾਂ ਸੋਚ ਕੇ ਦੇਖੀਏ, ਉਸ ਸਿੱਖਿਆ ਨੇ ਇੱਕ ਰੂਪ ਜਿਉਂਦਾ ਜੀਵ ਧਾਰ ਲੈਣਾ। ਉਹ ਇੱਕ ਜਿਹੜਾ ਗੁਰਸਿੱਖੀ ਨੇ ਇੱਕ ਰੂਪ ਧਾਰ ਲਿਆ, ਬਸ ਇਟ ਬਿਕਮਸ ਯੂ। ਐਂਡ ਨਾਓ ਦ ਗੁਰੂ ਲੀਵਸ ਯੋਰ ਲਾਈਫ, ਗੁਰੂ ਤੁਹਾਡਾ ਜੀਵਨ ਜਿਉ ਰਿਹਾ ਹੈ। ਸੀ ਦੈਟਸ ਵੰਡਰਫੁੱਲ। ਕਿਉਂ, ਜੇ ਆਪਾਂ ਕਹੀਏ ਨਾ ਆਪਣੇ ਮਾਂ ਬਾਪ ਨੇ, ਜੇ ਆਪਾਂ ਛੋਟੇ ਹੁੰਦੇ, ਤੂੰ ਮੇਰਾ ਹੱਥ ਫੜ ਕੇ ਲੈ ਜਾ, ਇਟਸ ਈਜ਼ੀਅਰ ਫੋਰ ਮੀ ਟੂ ਵਾਕ, ਮੈਂ ਸੌਖਾ ਤੁਰ ਕੇ ਚਲਿਆ ਜਾਵਾਂਗਾ। ਆਪ ਤੁਰੇਗਾ ਮੈਂ ਡਿੱਗਾਂਗਾ, ਠੇਡੇ ਖਾਵਾਂਗਾ। ਇਸੇ ਤਰ੍ਹਾਂ ਹੀ ਹੈ, ਜਦੋਂ ਗੁਰੂ ਹੱਥ ਫੜ ਲੈਂਦਾ ਹੈ ਨਾ, ਦੈਟ ਮੀਨਸ ਗੁਰੂ ਹੋਲਡਸ ਯੂਰ ਹੈਂਡ ਐਂਡ ਵਾਕਸ ਯੂ ਟਰੂ, ਉਹ ਆਪ ਲੈ ਕੇ ਜਾਂਦਾ ਹੈ। ਸੋ ਦੈਨ ਯੂ ਗੋਟ ਨਥਿੰਗ ਟੂ ਵਰੀ। ਮਹਾਰਾਜ ਨੇ ਸਭ ਕੁਝ ਤੁਹਾਨੂੰ ਦੇ ਦਿੱਤਾ ਹੈ, ਤੁਹਾਨੂੰ ਕੋਈ ਸੋਚਣ ਦੀ ਲੋੜ ਨਹੀਂ, ਤੁਹਾਨੂੰ ਕੋਈ ਕਮਾਈ ਜਾਂ ਕੁਝ ਵੀ ਕਰਨ ਦੀ ਲੋੜ ਨਹੀਂ। ਜਸਟ ਫੋਲੋ ਦ ਗੁਰੂ, ਹੀ ਵਿਲ ਟੇਕ ਯੂ, ਦੈਟਸ ਇਟ। ਬਿਕੋਜ ਯੋਰ ਲਾਈਫ ਬਿਕਮਸ ਦ ਸਿੱਖਿਆ ਇਟਸੈਲਫ, ਉਹ ਟੀਚਿੰਗ ਇਟਸੈਲਫ ਬਿਕਮਸ ਯੋਰ ਲਾਈਫ। ਦੈਟਸ ਵਾਈ ਸਿੱਖੀ ਜਿਹੜੀ ਆ, ਇਟਸ ਅ ਵੈਰੀ ਪ੍ਰੈਕਟੀਕਲ ਰਿਲੀਜਨ ਹੈ। ਵੀ ਡੋਨਟ ਡੂ ਸਮਥਿੰਗ ਵਿਚ ਇਜ਼ ਨੋਟ ਨੀਡਡ, ਵੀ ਡੂ ਐਵਰੀਥਿੰਗ ਵਿਚ ਇਜ਼ ਰਿਕੁਆਇਰਡ, ਵੀ ਡੋਨਟ ਡੂ ਐਨੀਥਿੰਗ ਐਲਸ। ਜੋ ਤੁਸੀਂ ਕਹਿੰਦੇ ਹੋ ਉਹ ਤੁਸੀਂ ਕਰਨਾ ਪਊਗਾ, ਜੋ ਤੁਸੀਂ ਕਰਦੇ ਹੋ ਉਹੀ ਤੁਸੀਂ ਕਹਿਣਾ ਪਊਗਾ। ਸੋ ਕਥਨੀ ਅਤੇ ਜਿਹੜਾ ਹੈ, ਜਿਹੜਾ ਕਹਿਣੀ ਅਤੇ ਕਥਨੀ ਵਿੱਚ ਪੂਰਾ ਹੋ ਜਾਂਦਾ ਬੰਦਾ। ਸੋ ਉਹੀ ਚੀਜ਼ ਹੈ, ਇਹਦੇ ਵਿੱਚ ਕੋਈ ਭਰਮ ਨਹੀਂ। ਸੋ ਇਹਦੇ ਵਿੱਚ ਕਹਿੰਦੇ ਆਪ ਗਵਾਏ ਨਾ ਆਪ ਗਣਾਇਆ। ਕਹਿਣ ਲੱਗੇ ਆਪਣੇ ਆਪ ਨੂੰ ਗਵਾਉਣਾ ਹੈ, ਆਪਣੇ ਆਪ ਨੂੰ ਨਿਸ਼ਾਵਰ ਕਰਦਾ। ਯੂ ਹੈਵ ਟੂ ਫਿਨਿਸ਼ ਯੋਰ ਸੈਲਫ, ਯੂ ਹੈਵ ਟੂ ਜਿਹੜਾ ਹੈ ਇਹ ਚੀਜ਼ ਨੂੰ ਤੁਸੀਂ ਅੰਦਰੋਂ ਹੋਮੇ ਨੂੰ ਖਤਮ ਕਰ ਦੇਣਾ ਹੈ। ਆਪ ਗਵਾਏ, ਆਪਣੇ ਆਪ ਨੂੰ ਗਵਾਉਣਾ ਹੈ, ਉਹ ਫੀਲ ਜਿਹੜਾ ਮੈਂ ਦਾ ਫੀਲ ਹੈ ਨਾ, ਉਹਨੂੰ ਖਤਮ ਕਰਕੇ ਫਿਰ ਆਪਣੇ ਆਪ ਨੂੰ ਗਣਾਉਣਾ ਨਹੀਂ, ਕਿਸੇ ਨੂੰ ਦੱਸਣਾ ਵੀ ਮੈਂ ਹੈਗਾ ਹਾਂ। ਡੋਂਟ ਕਾਊਂਟ ਯੋਰ ਸੈਲਫ ਐਨੀ ਮੋਰ, ਡੋਂਟ ਪੁੱਟ ਯੋਰ ਸੈਲਫ ਇਨ ਟੂ ਅਕਾਊਂਟ ਦੈਟ ਯੂ ਆਰ ਸਮਥਿੰਗ। ਹਾਂਜੀ, ਸੋ ਉਹ ਚੀਜ਼ ਜਿਹੜੀ ਹੈ ਅੰਦਰੋਂ ਜਿਹੜਾ ਹੈ ਮਿਟਾਉਣਾ ਹੈ। ਸੋ ਕਹਿੰਦੇ ਆਪ ਗਵਾਏ ਨਾ ਆਪ ਗਣਾਇਆ, ਆਪਣੇ ਆਪ ਨੂੰ ਗਣਾਉਣਾ ਨਹੀਂ। ਫਿਰ ਦੇਖੋ ਗੁਰਸਿੱਖ ਸਭੋ ਸਾਧਨਾ, ਕਹਿਣ ਲੱਗੇ ਗੁਰਸਿੱਖ ਜਿਹੜੇ ਨੇ ਉਹ ਸਭੋ ਸਾਧਨਾ, ਕਹਿਣ ਲੱਗੇ ਉਹ ਸਾਰੀਆਂ ਸਾਧਨਾ ਕਰਦੇ ਨੇ, ਕਮਾਈ ਕਰਦੇ ਨੇ। ਜਿਵੇਂ ਹੁਣ ਇੱਕ ਸਿੱਖ ਹੈ, ਉਹ ਕਹਿੰਦਾ ਜੀ ਮੈਂ ਅੰਮ੍ਰਿਤ ਛੱਕ ਲਿਆ, ਨਾ ਵਟ ਟੂ ਡੂ। ਦੇਖੋ ਜਦੋਂ ਅੰਮ੍ਰਿਤ ਛੱਕਦੇ ਹਾਂ, ਉਹਦੇ ਨਾਲ ਨਾਲ ਨਿਤਨੇਮ ਆਉਂਦਾ ਹੈ, ਕਕਾਰ ਆਉਂਦੇ ਨੇ, ਕੁਰੈਤਾਂ ਆਉਂਦੀਆਂ ਨੇ, ਉਹ ਸਾਰਾ ਇੱਕ ਚੀਜ਼ ਹੈ। ਜੇ ਉਹਨੂੰ ਹੀ ਤੁਸੀਂ ਫੋਲੋ ਕਰੀ ਜਾਓ, ਇਟਸ ਗੁੱਡ ਇਨਾਫ। ਉਹਦੇ ਨਾਲ ਹੀ ਤੁਹਾਡਾ ਜੀਵਨ ਆਪਣੇ ਆਪ ਉੱਚਾਈਆਂ ਤੱਕ ਚਲਿਆ ਜਾਣਾ, ਆਪਣੇ ਆਪ। ਯੂ ਡੋਂਟ, ਯੂ ਵੋਂਟ ਈਵਨ ਫੀਲ ਦੈਟ ਯੂ ਆਰ ਡੂਇੰਗ ਸਮਥਿੰਗ, ਦੈਟ ਸਿਮਰਨ ਜਿਹੜਾ ਹੈ ਕਰਦਿਆਂ ਕਰਦਿਆਂ।